ਜਿਹੜੀ ਜ਼ਹਿਰੀਲੀ ਸ਼ਰਾਬ ਇੱਥੇ ਆਈ ਹੈ ਇਸ ਪਿੰਡ ਦੇ ਵਿੱਚ, 10 ਮੌਤਾਂ ਇਸ ਪਿੰਡ ਦੇ ਵਿੱਚ ਹੋ ਚੁੱਕੀਆਂ ਹੈਗੀਆਂ। ਤੁਸੀਂ ਇਹਨਾਂ ਦੇ ਚਿਹਰਿਆਂ ਤੋਂ ਦੇਖੋ ਕਿ ਇਹ ਸਭ ਤੋਂ ਗਰੀਬ ਤਬਕਾ ਸਾਡੇ ਹਿੰਦੁਸਤਾਨ ਦੇ ਵਿੱਚ ਹੈਗਾ। ਹੁਣ ਇਹਨਾਂ ਦੇ ਘਰ ਵਾਲੇ ਜਾਂ ਇਹਨਾਂ ਦੇ ਬੱਚੇ ਜਿਹੜੇ ਕਮਾਉਂਦੇ ਸੀਗੇ ਉਹ ਚਲੇ ਗਏ ਹੈ, ਅਤੇ ਇਹਨਾਂ ਨੂੰ ਦੇਖਣ ਵਾਲਾ ਕੋਈ ਹੈ ਨਹੀਂ। ਇੱਕ ਫਰਜ਼ੀ ਜੀ ਕਮੇਟੀ ਬਣਾਈ ਸੀ ਸੰਗਰੂਰ ਦੇ ਵਿੱਚ, ਜਿਸ ਨੇ ਸਰਕਾਰ ਅਤੇ ਡਿਪਟੀ ਕਮਿਸ਼ਨਰ ਦੇ ਨਾਲ ਫੈਸਲਾ ਕੀਤਾ ਕਿ ਇਹਨਾਂ ਨੂੰ ਥੋੜ੍ਹਾ ਬਹੁਤਾ ਪੈਸੇ ਮਿਲਣਗੇ, ਜਦਕਿ ਜੋ ਕੁਛ ਇਹਨਾਂ ਨੂੰ ਵਸੂਲ ਹੋਇਆ ਉਹ ਕੱਖ ਵੀ ਨਹੀਂ ਹੈ। ਅਸੀਂ DC ਨੂੰ ਕਿਹਾ ਸੀਗਾ ਕਿ ਸਰਕਾਰ ਇਹਨਾਂ ਦੀਆਂ ਵਿਧਵਾਵਾਂ ਨੂੰ ਸਰਕਾਰੀ ਨੌਕਰੀ ਦੇਵੇ ਔਰ 1-1 ਕਰੋੜ ਰੁਪਈਆ ਮਿਲਣਾ ਚਾਹੀਦਾ, ਅਤੇ ਇਹਨਾਂ ਦੇ ਘਰਾਂ ਦੀ ਮੁਰੰਮਤ ਹੋਣੀ ਚਾਹੀਦੀ ਹੈ ਔਰ ਜਿਹੜੇ ਬੱਚੇ ਇਹਨਾਂ ਦੇ ਪੜ੍ਹੇ ਲਿਖੇ ਹੈ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ। ਪਰ ਸਾਡੇ ਹੱਥ ਤੋਂ ਬਾਹਰ ਹੋ ਕੇ ਇੱਕ ਕਮੇਟੀ ਬਣਾ ਲਈ ਜਿਸ ਨੇ ਫੈਸਲਾ ਸਰਕਾਰ ਦੇ ਹਿੱਤ ਦੇ ਵਿੱਚ ਕੀਤਾ, ਅਤੇ ਇਹਨਾਂ ਦੇ ਪੱਲੇ ਵਿਚਾਰਿਆਂ ਦੇ ਕੱਖ ਵੀ ਨਹੀਂ ਪਾਇਆ ਹੈਗਾ। ਅੱਜ ਇੱਥੇ ਪਿੰਡ ਟਿੱਬੀ ਆਇਆ ਹੋਇਆ ਨੇੜੇ ਸੁਨਾਮ ਦੇ, ਅਤੇ ਗੁਰਦੁਆਰੇ ਦੇ ਵਿੱਚ ਅਸੀਂ ਸਾਰੇ ਬੈਠੇ ਹਾਂ। ਜਿਵੇਂ ਤੁਸੀਂ ਦੇਖ ਰਹੇ ਹੋ ਇਹ ਸਾਰੀਆਂ ਬੀਬੀਆਂ ਬਹੁਤ ਬਦਨਸੀਬ ਨੇ, ਜਿਨ੍ਹਾਂ ਦੇ ਘਰ ਵਾਲੇ ਜਾਂ ਇਹਨਾਂ ਦੇ ਲੜਕੇ ਜਿਹੜੀ ਜ਼ਹਿਰੀਲੀ ਸ਼ਰਾਬ ਇੱਥੇ ਆਈ ਹੈ ਇਸ ਪਿੰਡ ਦੇ ਵਿੱਚ, 10 ਮੌਤਾਂ ਇਸ ਪਿੰਡ ਦੇ ਵਿੱਚ ਹੋ ਚੁੱਕੀਆਂ ਹੈਗੀਆਂ। ਤੁਸੀਂ ਇਹਨਾਂ ਦੇ ਚਿਹਰਿਆਂ ਤੋਂ ਦੇਖੋ ਕਿ ਇਹ ਸਭ ਤੋਂ ਗਰੀਬ ਤਬਕਾ ਸਾਡੇ ਹਿੰਦੁਸਤਾਨ ਦੇ ਵਿੱਚ ਹੈਗਾ, ਜਦਕਿ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਹਰਿਆਵਲ ਹੈ ਅਤੇ ਬਹੁਤ ਅੱਛਾ ਇਹ ਸੂਬਾ ਹੈਗਾ। ਪਰ ਹੁਣ ਇਹਨਾਂ ਦੇ ਘਰ ਵਾਲੇ ਜਾਂ ਇਹਨਾਂ ਦੇ ਬੱਚੇ ਜਿਹੜੇ ਕਮਾਉਂਦੇ ਸੀਗੇ ਉਹ ਚਲੇ ਗਏ ਹੈ, ਅਤੇ ਇਹਨਾਂ ਨੂੰ ਦੇਖਣ ਵਾਲਾ ਕੋਈ ਹੈ ਨਹੀਂ। ਇੱਕ ਫਰਜ਼ੀ ਜੀ ਕਮੇਟੀ ਬਣਾਈ ਸੀ ਸੰਗਰੂਰ ਦੇ ਵਿੱਚ, ਜਿਸ ਨੇ ਸਰਕਾਰ ਅਤੇ ਡਿਪਟੀ ਕਮਿਸ਼ਨਰ ਦੇ ਨਾਲ ਫੈਸਲਾ ਕੀਤਾ ਕਿ ਇਹਨਾਂ ਨੂੰ ਥੋੜ੍ਹਾ ਬਹੁਤਾ ਪੈਸੇ ਮਿਲਣਗੇ, ਜਦਕਿ ਜੋ ਕੁਛ ਇਹਨਾਂ ਨੂੰ ਵਸੂਲ ਹੋਇਆ ਉਹ ਕੱਖ ਵੀ ਨਹੀਂ ਹੈ। ਇੱਥੇ 3 ਬੀਬੀਆਂ ਬੈਠੀਆਂ ਜਿਨ੍ਹਾਂ ਨੂੰ 2-2 ਲੱਖ ਰੁਪਈਆ ਮਿਲਿਆ, 1-2 ਬੀਬੀਆਂ ਜਿਨ੍ਹਾਂ ਨੂੰ 1-1 ਲੱਖ ਰੁਪਈਆ ਮਿਲਿਆ। ਪਰ ਇਹਨਾਂ ਦੇ ਘਰ ਟੁੱਟੇ ਹੋਏ ਹੈ, ਗਰੀਬੀ ਬਹੁਤ ਜ਼ਿਆਦਾ, ਇਹਨਾਂ ਦੇ ਬੱਚੇ ਪੜ੍ਹੇ ਹੋਏ ਹੈ, ਉਹਨਾਂ ਨੂੰ ਨੌਕਰੀਆਂ ਮਿਲ ਸਕਦੀਆਂ। ਚੌਥੇ ਦੀ ਰਾਤ ਜਦੋਂ ਡਿਪਟੀ ਕਮਿਸ਼ਨਰ ਨੂੰ ਮੈਂ ਮਿਲਿਆ, ਮੇਰੇ ਨਾਲ ਮੇਰੇ ਪਾਰਟੀ ਦੇ ਲੀਡਰ ਬੈਠੇ ਹੈ। ਅਸੀਂ DC ਨੂੰ ਕਿਹਾ ਸੀਗਾ ਕਿ ਸਰਕਾਰ ਇਹਨਾਂ ਦੀਆਂ ਵਿਧਵਾਵਾਂ ਨੂੰ ਸਰਕਾਰੀ ਨੌਕਰੀ ਦੇਵੇ ਔਰ 1-1 ਕਰੋੜ ਰੁਪਈਆ ਮਿਲਣਾ ਚਾਹੀਦਾ, ਅਤੇ ਇਹਨਾਂ ਦੇ ਘਰਾਂ ਦੀ ਮੁਰੰਮਤ ਹੋਣੀ ਚਾਹੀਦੀ ਹੈ ਔਰ ਜਿਹੜੇ ਬੱਚੇ ਇਹਨਾਂ ਦੇ ਪੜ੍ਹੇ ਲਿਖੇ ਹੈ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ। ਪਰ ਸਾਡੇ ਹੱਥ ਤੋਂ ਬਾਹਰ ਹੋ ਕੇ ਇੱਕ ਕਮੇਟੀ ਬਣਾ ਲਈ ਜਿਸ ਨੇ ਫੈਸਲਾ ਸਰਕਾਰ ਦੇ ਹਿੱਤ ਦੇ ਵਿੱਚ ਕੀਤਾ, ਅਤੇ ਇਹਨਾਂ ਦੇ ਪੱਲੇ ਵਿਚਾਰਿਆਂ ਦੇ ਕੱਖ ਵੀ ਨਹੀਂ ਪਾਇਆ ਹੈਗਾ। ਹਾਂ, ਮੇਰੇ ਕੋਲ ਇੱਕ ਬੀਬੀ ਬੈਠੀ ਹੈ ਜਿਸ ਨੂੰ 4000 ਰੁਪਈਆ ਦਿਹਾੜੀ ਮਿਲਦੀ ਹੈ। ਬੀਬੀ ਕੀ ਨਾਂ ਤੁਹਾਡਾ? ਇਹਦਾ ਨਾਂ ਬੀਬੀ ਗੁਰਪ੍ਰੀਤ ਹੈ। ਅਤੇ ਜਿਹੜੀ ਸਰਕਾਰੀ ਆਰਡਰ ਹੈਗਾ ਕਿ ਜਿਹੜੇ ਇਸ ਤਰ੍ਹਾਂ ਦੇ ਦਿਹਾੜੀ ਕਰਦੇ ਹੈ ਉਹਨਾਂ ਨੂੰ 16000 ਰੁਪਈਆ ਮਹੀਨੇ ਦਾ ਮਿਲਿਆ ਕਰੂਗਾ, ਪਰ ਇਸ ਬੀਬੀ ਨੂੰ ਸਿਰਫ 4000 ਮਿਲਦਾ। ਇਸੇ ਤਰ੍ਹਾਂ ਇਹ ਸਾਰੀਆਂ ਬੀਬੀਆਂ ਬੈਠੀਆਂ ਜਿਨ੍ਹਾਂ ਦੇ ਘਰ ਵਾਲੇ ਚਲੇ ਗਏ ਹੈ
ਜਾਂ ਇਹਨਾਂ ਦੇ ਲੜਕੇ ਜਿਹੜੇ ਕਮਾਉਂਦੇ ਸੀ ਉਹ ਚਲੇ ਗਏ ਹੈ, ਅਤੇ ਬਹੁਤ ਤਰਸਯੋਗ ਹਾਲਤ ਦੇ ਵਿੱਚ ਅਸੀਂ ਸਾਰੇ ਇੱਥੇ ਪਿੰਡ ਟਿੱਬੀ ਦੇ ਵਿੱਚ ਬੈਠੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ। ਅਤੇ ਜਿੱਥੇ ਜਿੱਥੇ ਦੁਨੀਆ ਦੇ ਵਿੱਚ ਮੇਰੀ ਆਵਾਜ਼ ਜਾਂਦੀ ਹੈ, ਮੈਂ ਸਾਰੀਆਂ ਚੈਰਿਟੀਜ਼ ਨੂੰ, ਸਾਰੀਆਂ ਸਰਕਾਰਾਂ ਨੂੰ, ਖਾਸ ਕਰਕੇ ਯੂਨਾਈਟਿਡ ਨੇਸ਼ਨਸ ਨੂੰ, ਸਾਰਿਆਂ ਨੂੰ ਅਪੀਲ ਕਰਦਾ ਕਿ ਇਹਨਾਂ ਬੀਬੀਆਂ ਦੇ ਲਈ ਆਪਾਂ ਕੁਛ ਕਰੀਏ, ਜਿਹਦੇ ਨਾਲ ਇਹ ਆਪਣੇ ਜੀਵਨ ਨੂੰ ਅੱਗੇ ਤੋਰਨ, ਲੱਤਾਂ 'ਤੇ ਖੜਨ, ਢਿੱਡ ਦੇ ਵਿੱਚ ਕੁਛ ਪਵੇ, ਸਿਰ ਦੇ ਉੱਤੇ ਆਪਣਾ ਕੱਪੜਾ ਰੱਖ ਸਕਣ, ਔਰ ਆਪਣੀ ਬਾਕੀ ਦੀ ਜਿਹੜੀ ਜ਼ਿੰਦਗੀ ਹੈ ਉਹ ਅਸੂਲ ਦੇ ਮੁਤਾਬਕ ਜਿਵੇਂ ਰੱਬ ਸਾਰਿਆਂ ਨੂੰ ਦਿੰਦਾ, ਇਹਨਾਂ ਨੂੰ ਵੀ ਪੂਰੀ ਪਰਵਰਿਸ਼ ਕਰਨ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਵਸਾਈਏ।